ਟੀਨਾਂ ਉੱਪਰ ਪਾ ਦੇਣੀਆਂ ਹੁਣ, ਅਜੇ ਤਾਂ ਨਹੀਂ ਪਈਆਂ, ਹਵਾ ਬੜੀ ਚਲਾਉਂਦੀ ਵੀਰ, ਕਿੰਨਾ ਰਹਿਣ ਦਿੰਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਤੁਹਾਡਾ ਯੂਟਿਊਬ ਚੈਨਲ 'ਤੇ। ਉਹ ਆਪਣੀ ਗੱਡੀ ਲੱਗੀ ਆ, ਆਪਾਂ ਪਹੁੰਚੇ ਗੁਰਦਾਸਪੁਰ ਰੋਡ 'ਤੇ, ਇੱਥੋਂ ਕਰਨੇ ਕੋਈ ਸਮਾਨ ਲੈਣਾ ਸੀ। ਦਾ ਸਿੰਗਲ ਹੀ ਭੱਜ ਜਾਣ ਡਿਆ, ਬਹੁਤ ਇੱਕੋ ਜਿਹਾ ਪੀਸ ਕਰਨੇ। ਸ਼ੋਪਿੰਗ ਕਰ ਲਈ ਆਪਣੀ, ਅਤੇ ਮੈਂ ਆਪਣੀ ਆਉਣੇ ਕਾ ਥੋੜ੍ਹੀ ਠੀਕ ਕਰਾਉਣੀ ਹੈ। ਹਾਂਜੀ ਮੈਂ ਨਿੱਕੀਆਂ ਮੋਟੀਆਂ ਚੀਜ਼ਾਂ ਲਈਆਂ, ਜ਼ਿਆਦਾ ਨਹੀਂ ਮੈਂ ਖਰਚਾ ਕੀਤਾ। ਬੱਦਲ ਵੀ ਕਾਫੀ ਹੋ ਗਿਆ, ਆਹ ਸ਼ੋਪ ਆ ਸਾਹਮਣੇ ਨਵੀਂ ਖੁੱਲ੍ਹੀ, ਲੱਗਦਾ ਦੇਖਦੇ ਹਾਂ ਦਿਖਾਉਂਦੇ ਨਾਲ। ਚਲੋ ਵਧੀਆ ਵਧੀਆ ਲੈਂਦੇ ਸੂਟ, ਟਮਾਟਰਾਂ ਦੀ ਸਬਜ਼ੀ। ਇਹ ਸਬਜ਼ੀ ਬਣਾਊਂਗਾ ਮੈਂ, ਤੜਕਾ ਪਾ ਕੇ, ਤੜਕਾ ਭੁੰਨ ਕੇ ਟਮਾਟਰ ਸੁੱਟਿਆ ਵਿੱਚ, ਹੁਣ ਲੱਗੂਗਾ ਥੋੜ੍ਹਾ ਟਾਈਮ, ਅੱਧਾ ਪੌਣਾ ਘੰਟਾ। ਲਓ ਜੀ ਪਿਆਰਿਓ, ਸਬਜ਼ੀ ਬਣ ਚੁੱਕੀ, ਬੜੀ ਘੈਂਟ ਬੜੀ ਘੈਂਟ ਬਣਾਈ, ਪਰ ਮੈਂ ਕਿਉਂ ਕਰ, ਮੈਂ ਬਣਾਈ ਨਾ ਵਾਹ ਵੇਖ, ਹੁਣ ਕਹਿੰਦਾ ਰਲ ਮਿਲ ਕੇ ਲਾ ਰਹੀ ਆ ਫੁਲਕੇ, ਕਹਿੰਦਾ ਫੁਲਕੇ ਲਾ ਰਹੀ ਆ, ਕਹਿੰਦਾ ਸਬਜ਼ੀ ਕਰਤੀ ਤਿਆਰ ਆਪਾਂ ਜ਼ਬਰਦਸਤ। ਚਾਹ ਆਪਣੀ ਆ ਗਈ ਆ ਨਾਲ ਜਰਮਨ ਵੀਰ, ਸਮਾਨ ਆਪਾਂ ਲੈ ਆਉਂਦਾ ਮੇਰੇ ਤੋਂ, ਸਵੇਰ ਦੇ ਨਿਕਲੇ ਹਾਂ 10 ਵਜੇ ਦੇ, ਚਾਹ ਵਾਲੀ ਦੁਕਾਨ 'ਤੇ ਖਲੋਤੇ, ਮੈਂ ਕਿਹਾ ਚੱਲ ਉੱਥੇ ਚਾਹ ਪੀ ਕੇ ਅਤੇ ਫਿਰ ਚੱਲਦੇ ਹਾਂ, ਨਾਲ ਮੱਠੀ ਵੀ ਆ ਗਈ, ਫੜ ਜਾ ਮੱਠੀ ਖਾਈਏ ਆਪਾਂ ਦੋਵੇਂ ਜਾਣੇ, ਆ ਜਾਓ ਮੱਠੀ ਖਾ ਲਓ ਫਿਰ। ਦੁਬਾਰਾ ਕਰਤੀਆਂ ਤਿੰਨ ਫੁੱਟ ਕਰ ਦੇਣੀ, ਵੇਖਾਂਗੇ ਜੇ ਇੱਟ ਬਚੀ ਤਾਂ ਉਹ ਵੀ ਦੁਬਾਰ ਕਰ ਦੇਣੀ। ਹਰ ਰੋਸ਼ਨੀ ਵਾਸਤੇ ਤਿਆਰ, ਛੋਟਾ ਜਿਹਾ ਮੌਕਾ, ਹਵਾ ਬੜੀ ਤੇਜ਼ ਚੱਲਣ ਡਈ ਅੱਜ, ਤਕਲੀਫ ਬਹੁਤ ਹੋਇਆ ਵਾ, ਇੱਦਾਂ ਮੋਰੇ ਬਾਰੇ ਟੀਨਾਂ ਉੱਪਰ ਪਾ ਦੇਣੀਆਂ ਹੁਣ, ਅੱਜ ਤਾਂ ਨਹੀਂ ਪਈਆਂ, ਅੱਜ ਹਵਾ ਬੜੀ ਚੱਲਣ ਡਈ ਵੀਰ, ਕਿੰਨਾ ਰਹਿਣ ਦਿੰਦੇ ਹਾਂ। ਚਾਰ ਇੱਕ ਦਾ ਕਿ ਸੱਤ ਇੱਕ ਦਾ, ਕਿੰਨੇ ਇੱਕ ਦਾ ਲਾਉਣ ਡਿਆ ਮਸਾਲਾ ਵਿੱਚ? ਚਾਰ ਦਾ, ਚਾਰ ਅਤੇ ਪਲਸਤਰ ਨੂੰ ਚਾਰ ਇੱਕ ਦਾ ਲੱਗਣਾ। ਰੋਡਾਂ ਰੁਡਾਂ ਪਾਉਣੀਆਂ ਉੱਪਰ, ਅਜੇ ਕੱਲ੍ਹ ਨੂੰ ਪਾਉਣਗੇ ਵੈਸੇ ਤਿੰਨਾਂ ਉੱਪਰ ਦੀਆਂ, ਮਿਸਤਰੀ ਹੁੰਦੇ ਇੱਦਾਂ ਦੇ, ਹੁਣ ਜਿਹੜੇ ਇੱਟਾਂ ਵੀ ਆਪ ਸੁੱਟਣ ਡਏ ਹਾਂ, ਵੇਖ ਲਾ। ਸਮਾਨ ਸਮੂਨ ਲਿਆਉਂਦਾ ਵੀਰ ਨੇ, ਬੜੇ ਆਪਾਂ ਲੈ ਕੇ ਆਏ, ਲੈ ਵੀ ਇੱਧਰ ਲੈਟਾਂ 'ਚ ਗਈਆਂ ਵੀਰ ਨੇ, ਦੋ ਪਾਈ ਜਾਂਦੇ ਪੈ ਪਾਈ ਹੋਣੀ, ਹਾਂ ਬਿਲਕੁਲ ਬਿਲਕੁਲ, ਤਾਂ ਹੀ ਮੈਂ ਕੱਲ੍ਹ ਤੁਹਾਨੂੰ ਫੋਨ ਕੀਤਾ, ਮੈਂ ਕਿਹਾ ਟਾਈਮ ਨਾਲ ਆ ਜਾਇਓ ਅਤੇ ਚਲੋ ਚੰਗਾ, ਤਾਂ ਵੇਸਟ ਵੂਸ਼ ਭਾਅ ਜੀ ਸਾਂਭੀ ਜਾਓ, ਜਿਹੜਾ ਪੈਪ ਵੇਸਟ ਆ ਨਾ। ਹਾਂਜੀ ਹਾਂਜੀ ਚਲੋ, ਮਿਹਰਬਾਨੀ ਤੁਹਾਡੀ ਬਹੁਤ, ਆ ਵੀ ਕੱਲ੍ਹ ਦੁਬਾਰਾ ਕਰਤੀ ਵੀਰਾਂ ਨੇ, ਚਲੋ
ਆਓ ਇੱਟ 'ਚ ਅਤੇ ਆਹ ਇੱਟ 'ਚ ਕਿੰਨਾ ਫਰਕ ਵਾ ਹੈ ਨਾ, ਦੋ ਇੱਟਾਂ 'ਚ ਬੜਾ ਫਰਕ ਵਾ। ਆਹ ਸਮਾਨ ਲਿਆਉਂਦਾ ਸੀ ਬਿਜਲੀ ਦਾ, ਇਹਨੂੰ ਬਾਈ ਤਾਰ ਨਾ ਲੰਮੀ ਕਰਕੇ ਜੋੜ ਦਿਓ ਯਾਰ, ਠੀਕ ਜੇ? ਆਹ ਪੀਲੀ ਤਾਰ ਲਾ ਦਿਓ, ਮੈਂ ਚਿੱਟੀ ਤਾਰ ਲਾ ਛੱਡਿਓ, ਇਹਨੂੰ ਪੱਕੇ ਹੀ ਲਾ ਦਿਓ ਇਹਨੂੰ, ਚੰਗਾ? ਆਹ ਲਿਆਂਦਾ ਯਾਰ, ਉਹ ਵੀ ਤੁਹਾਡੇ ਕਹਿਣ 'ਤੇ ਲਿਆਂਦਾ ਭਾਅ ਜੀ, ਕਿਲ ਨਾ ਠੋਕੋ, ਇਹਨੂੰ ਕਨੈਕਸ਼ਨ ਕਰ ਦਿਓ ਇਹਦੇ, ਬਸ ਠੀਕ। ਵੇਖਿਆ ਬੰਦਾ, ਬੰਦੇ ਕਾਰੀਗਰ ਆ ਸਾਰੇ, ਬੈਂਡ ਮੈਂ ਕੱਲ ਨੂੰ ਲੈ ਆਊਂਗਾ ਘਰੇ, ਅੱਜ ਤੇ ਇੰਨੇ ਪੈਣੇ ਨਹੀਂ ਹਨਾ। ਆ ਲੈ ਬਈ ਇੱਥੇ ਰੱਖ, ਆ ਵੀਰ ਪ੍ਰੋਡਕਟ ਲੈ ਕੇ ਆਇਆ ਨਵਾਂ, ਇਹ ਵੀਰ ਹੁੰਦਾ ਅਲੀਵਾਰ ਰੋਡ 'ਤੇ, ਇਹਦਾ ਨੰਬਰ ਤੁਹਾਨੂੰ ਮੈਨਸ਼ਨ ਕਰ ਦਾਂਗਾ, ਜੇ ਕਿਸੇ ਨੇ ਬਿਜਲੀ ਦਾ ਕੰਮ ਕਰਾਉਣਾ ਹੋਵੇ ਤਾਂ ਵੀਰ ਦਾ ਨੰਬਰ ਤੁਹਾਨੂੰ ਮੈਨਸ਼ਨ ਕਰ ਦਾਂਗਾ ਜ਼ਰੂਰ। ਮੇਰਾ ਵੀਰ ਕੰਮ ਬੜਾ ਵਧੀਆ ਕਰਦਾ ਵੀਰ, ਅਤੇ ਆ ਪ੍ਰੋਡਕਟ ਲਿਆਉਂਦਾ ਵੀਰ ਨੇ ਨਵਾਂ ਵੈਸੇ, ਅਤੇ ਇਹ ਇਹ ਕਟਰ ਵਾ, ਹਾਂਜੀ ਹਾਂਜੀ, ਝੜੀ ਵਾਸਤੇ ਸਪੈਸ਼ਲ, ਇਹ 'ਚ ਚਾਰ ਦੋ ਪਲੇਟ ਲੱਗ ਜਾਂਦੇ ਆ। ਅੱਛਾ ਅੱਛਾ, ਤਿੰਨ ਲਾ ਲਓ ਭਾਵੇਂ ਚਾਰ ਲਾ ਲਓ, ਇੱਥੇ ਰੱਖ, ਬਾਕੀ ਲੋਡ ਦੇ ਹਿਸਾਬ ਨਾਲ। ਆਹ ਚੀਜ਼ ਵਧੀਆ ਲਿਆ ਵੀਰੇ, ਕਹਿੰਦਾ 'ਚ ਦੋ ਪਲੇਟ ਲੱਗ ਜਾਂਦੇ, ਤਿੰਨ ਲੱਗ ਜਾਂਦੇ, ਹੈ ਨਾ? ਹਾਂਜੀ ਹਾਂਜੀ, ਇਹਨੂੰ ਖੋਲ੍ਹ ਕੇ ਇਹ ਇਹ ਕਿੰਨੇ ਕਿਹਦਾ ਆਇਆ ਸਿਸਟਮ ਹੈ ਸਾਰਾ? ਛਿਆਲੀ ਸੌ ਦਾ, ਇੱਥੇ ਰੱਖ, ਹਾਂਜੀ। ਵੈਸੇ ਚੀਜ਼ ਵਧੀਆ, ਵੈਸੇ ਇਹ ਸਾਡੇ ਕੰਮ ਵੀ ਆ ਸਕਦੀ ਹੈ, ਸਾਡੇ ਕੰਮ ਬਹੁਤ ਵਧੀਆ। ਤੁਸੀਂ ਝਰੀ ਕੱਢਣੀ ਹੋਊਗੀ ਨਾ ਜਿੱਡੇ ਸਾਈਜ਼ ਦੀ, ਤੁਸੀਂ ਉਹਨੇ ਦੋ ਬਲੇਡ ਪਾ ਸਕਦੇ ਹੋ ਲੱਕੜ ਦੇ, ਹਾਂ, ਤੇ ਤੁਸੀਂ ਮਤਲਬ ਕਿ ਝਰੀ ਵਧੀਆ ਪਾ ਸਕਦੇ ਜਿਹਦੇ ਨਾਲ। ਅੱਛਾ, ਮਤਲਬ 5000 ਦਾ ਆ ਜਾਣਾ? ਹਾਂਜੀ ਹਾਂਜੀ, ਪੰਜਾਬ ਹਾਰਡਵੇਅਰ ਵਾਲੇ। ਚਲੋ ਯਾਰ ਵਧੀਆ, ਸੋਹਣਾ, ਬਹੁਤ ਵਧੀਆ। ਤੇ ਇਹਦੇ ਬਾਅਦ ਚੋਂ ਬਲੇਡ ਤੁਸੀਂ ਲਿਆਂਦੇ ਕਿ ਹੋਣਾ? ਇਹਦੇ ਨਾਲ ਮਿਲੇ ਦੋ, ਇੱਕ ਤੁਹਾਡੇ ਕੋਲ ਮੰਗਾਇਆ ਮੈਂ, ਤਿੰਨ ਲਾਉਣੇ ਵਿੱਚ। ਅੱਛਾ ਅੱਛਾ, ਚਲੋ ਦੋ ਨਾਲ ਮਿਲਦੇ ਆ। ਤੇ ਇਹਦੇ ਉੱਤੇ ਲਾਉਣ ਵਾਸਤੇ ਮਿਲਿਆ ਕੋਈ ਪੈਪ ਪੂਪ ਜਿਹਾ, ਕੋਈ ਸਿਸਟਮ? ਅੱਜ ਗਾਰਡ ਮਿਲਿਆ, ਇੰਨਾ ਕੀ ਆ, ਇਹਦੇ ਗਾੜੀ ਨਾਲ ਵੈਕਿਊਮ ਲੱਗ ਜਾਂਦਾ ਆ, ਉਹਨਾਂ ਮੈਨੂੰ ਦੱਸਿਆ ਸੀ। ਰਬੜ ਬੜ ਬੜ ਛੱਡ ਦੇਣਾ ਘਰੇ ਤੁਸੀਂ, ਡੱਬਾ ਉੱਥੇ ਮੈਂ ਛੱਡਣਾ, ਪਤਾ ਕੀ ਸੀ, ਡੱਬਾ ਵੱਡਾ ਸੀ ਬੜਾ, ਅਤੇ ਉੱਥੇ ਆਹ ਚੀਜ਼ ਆ, ਇਹਦੇ ਵਿੱਚ ਨਾ ਵੈਕਿਊਮ ਵਾਲਾ ਪਾਈਪ ਲੱਗ ਜਾਂਦਾ ਆ। ਅੱਛਾ ਅੱਛਾ, ਮੈਂ ਵੈਕਿਊਮ ਵੱਖਰਾ ਲੈਣਾ ਪੈਂਦਾ ਉਹ? ਨਹੀਂ ਵੈਸੇ ਹੁਣ ਤੁਸੀਂ ਲਾਉਣਾ ਇਹਨੂੰ, ਇਹ ਲਾਉਣਾ ਪੈਣਾ, ਇਹਨੂੰ ਨਾ ਵੀ ਲਾਵਾਂਗੇ ਆਪਾਂ, ਅੱਡਾ ਜਿਹੜਾ ਕਚਰਾ ਇੱਥੋਂ ਨਿਕਲਦਾ ਜਾਂਦਾ ਉਹ ਆਪਾਂ ਦੂਜਾ ਪਾਈਪ ਲਾ ਸਕਦੇ ਨੇ। ਇੱਕ ਆਹ ਵੱਡੀ ਗੱਲ, ਸਾਰਾ ਕਵਰ ਆ ਵਿੱਚੋਂ ਯਾਰ, ਹੈ ਨਾ, ਇਹ ਚੀਜ਼ ਕਿਤੇ ਵੱਜਣ ਵੱਜਣ ਦਾ ਵੀ ਡਰ ਨਹੀਂ ਹੈਗਾ, ਹੈ ਨਾ, ਸੱਟ ਪਿੱਟ ਲੱਗਣ ਦਾ। ਚਲੋ ਸੋਹਣੀ ਚੀਜ਼ ਆ, ਵਧੀਆ ਯਾਰ। ਅਤੇ ਦੂਜਾ ਇੱਕ ਪਤਾ ਕੀਤਾ ਸੀ, ਉਹ ਸੀ 11,000 ਦਾ, ਇਹ ਨਾ ਚਲੋ ਠੀਕ ਆ, ਇਹ ਕਿਤੇ ਵੀ ਕੰਮ, ਇਹ ਆਪਣੇ ਹਿਸਾਬ ਨਾਲ ਇੰਟਰਨੈਟ ਘੜੀ ਮਾਰ ਲਾ ਲਓ ਜੀ। ਇਹ ਨੰਬਰ ਮੈਨਸ਼ਨ ਕਰਤਾ ਵੀਰ ਦਾ ਨੰਬਰ, ਤੇ ਜ਼ਰੂਰ ਮੇਰਾ ਵੀਰ ਕੰਟੈਕਟ ਕਰੇ ਜਿਹਨੇ ਬਿਜਲੀ ਦਾ ਕੰਮ ਕਿਸੇ ਵੀ ਤਰ੍ਹਾਂ ਦਾ, ਅਤੇ ਵੀਰ ਨਾਲ ਕਨੈਕਟ ਕਰ ਸਕਦਾ ਤੁਸੀਂ। ਕੱਲੀ ਕੱਲੀ ਹੋ ਜਾਂਦੀਆਂ ਸਾਰੀ, ਆਹ ਵੇਖੋ, ਆਹ ਵੱਖਰਾ ਵੱਖਰਾ, ਆਹ ਵਾਸਲਾ, ਇੱਥੇ ਗਾੜੀ ਬਲੇਡ ਚੜ ਜਾਣਾ, ਜਿੰਨਾ ਸਾਈਜ਼ ਤੁਸੀਂ ਕਰਨਾ ਚਾਹੁੰਦੇ। ਜਿਹੜਾ ਬਲੇਡ ਆਪਾਂ ਇੱਥੇ ਚਾੜੀ ਜਾਵਾਂਗੇ ਫਿਰ ਨਟ ਮਿਲ ਜੂਗਾ ਮੋਰਲਾ, ਹਾਂ ਉਹ ਲੰਮਾ ਹੋਣਾ ਨਟ, ਹਾਂ ਲੰਮਾ ਹੋਣਾ, ਆਹ ਵੇਖੋ, ਆਹ ਹੁਣ ਇੱਥੇ ਮੰਨ ਲਓ ਭਾਵੇਂ ਇੱਥੇ ਚੜ ਲਓ ਬਲੇਡ, ਭਾਵੇਂ ਆਹ ਚਾੜ ਕੇ ਇੱਥੇ ਚੜ ਲਓ ਬਲੇਡ। ਅੱਛਾ, ਸੈਟਿੰਗ ਦੀ ਗੱਲ, ਜਿੱਥੇ ਸੈਟਿੰਗ ਤੁਸੀਂ ਕਰਨਾ ਤੁਹਾਨੂੰ ਦੱਸੋ, ਬਲੇਟ ਆ ਗਿਆ ਨਾ, ਠੀਕ ਹੋ ਗਿਆ, ਤੇ ਉੱਤੇ ਵਾਸਲ ਪਾ ਲਓ, ਫਿਰ ਵਾਸਲ ਪਾ ਲਓ ਮੁੰਡੇ, ਫਿਰ ਇੱਕ ਬਲੇਟ ਆਪਾਂ ਚਾੜ ਲੈਣਾ ਅਤੇ ਫਿਰ ਵਾਸਲ ਪਾ ਲੈਣੀ, ਹੁਣ ਜਿਹੜਾ ਮੰਗਾ ਉਹ ਤੁਹਾਡੇ ਕੋਲ ਵਿੱਚ ਪਾਉਣਾ ਜਾਣਾ, ਇਹ ਨਾਲ ਹੀ ਮਿਲੇ ਬਲੇਟ, ਕੋਈ ਨਹੀਂ ਮੈਂ ਲੈ ਦਾਂਗਾ ਤੁਹਾਨੂੰ।
ਇਸੇ ਕਰਕੇ ਆਹ ਚੀਜ਼ ਰੋਕਣਾ ਪਈ ਜਾਣੀ। ਇਹਦੇ ਉੱਤੇ ਪੈ ਸਕਦਾ ਬ੍ਰੇਕ 'ਚ ਪਾਉਣਾ ਹੋਵੇ, ਹੈ ਨਾ? ਹਾਂ, ਲਾਸਟ 'ਤੇ ਵੀ ਪੈ ਜਾਵੇ, ਲਾਸਟ ਇੱਥੋਂ ਬਾਹਰ ਨਹੀਂ ਪੈਣਾ, ਆਹ ਇੱਥੋਂ ਲਾਸਟ ਹੀ ਆ। ਮਤਲਬ ਬੈਸਟ ਦੋ ਹੀ ਪੈਣ, ਦੋ ਹੀ ਚੱਲਣੇ ਆ ਬੈਸਟ, ਦੋ ਬੈਸਟ ਚੱਲਣੇ ਆ। ਵਧੀਆ ਚੀਜ਼ ਯਾਰ, ਸਾਡੇ ਕੰਮ ਵੀ ਆ ਸਕਦੀ ਲੱਕੜ ਦੇ ਕੰਮ, ਤੁਹਾਡੇ ਵਾਸਤੇ ਤਾਂ ਬਹੁਤ। ਹਾਂ, ਤੁਹਾਡੀਆਂ ਝਰੀਆਂ ਜਿਹੜੀਆਂ ਦੂਜੀਆਂ ਹੁੰਦੀਆਂ ਨਾ, ਪ੍ਰੋਫਾਈਲਾਂ ਪ੍ਰੋਫਾਈਲ ਕੱਢਣੀਆਂ ਪੈਂਦੀਆਂ ਕਿ ਲੱਕੜ ਲੱਕੜ, ਉਹ ਚੀਜ਼ ਬਹੁਤ ਵਧੀਆ ਹੈ, ਬਹੁਤ ਵਧੀਆ ਚੀਜ਼ ਹੈ, ਲਿਆਉਂਦੇ ਆ ਪ੍ਰੋਡਕਟ ਵੀ। ਦੱਸ ਦੇਣਾ ਚਾਬੀ ਪਾ ਜੀ, ਜਿਹੜਾ ਪੈਪ ਜਿਹਾ ਹੋਵੇ ਨਾ, ਵੈਕਿਊਮ ਥੋੜ੍ਹਾ ਲੰਮਾ ਜਿਹਾ ਹੋਵੇ ਜਿਵੇਂ ਪੈਪ ਜੀ, ਹੈ ਨਾ? ਉਹ ਵੱਖਰਾ ਯਾਰ ਲੈਣਾ ਪੈਂਦਾ, ਮੈਂ ਪੁੱਛਿਆ ਸੀ ਉਹਨਾਂ ਨੂੰ। ਅੱਛਾ, ਅਤੇ ਚਾਹੇ ਜਿੱਦਾਂ ਬਲੋਰ ਨਹੀਂ ਹੁੰਦਾ ਜੇ? ਹਾਂਜੀ ਹਾਂਜੀ, ਅਤੇ ਬਲੋਰ ਦਾ ਸਿਸਟਮ ਵਾਲਾ ਪੈਪ ਲਾ ਕੇ ਆਪਾਂ ਕਰ ਸਕਦੇ ਹਾਂ, ਉਹ ਮਤਲਬ ਕਿ ਆਪਣਾ ਜਗਾੜ ਆ, ਉਹ ਅਸੀਂ ਆਪ ਲਾ ਸਕਦੇ। ਉੱਦਾਂ ਵੈਕਿਊਮ ਜਿਹੜਾ ਨਾ, ਵੈਕਿਊਮ ਦਾ ਪੈਪ ਆਉਂਦੇ ਪੂਰਾ ਫਿਕਸ ਹੁੰਦਾ ਅਤੇ ਚਲੋ ਵਧੀਆ ਯਾਰ, ਇਸ ਤਰ੍ਹਾਂ ਨਾਲ ਬੰਦਾ ਟੂਲ ਬਣ ਜਾਂਦਾ ਨਾਲੇ, ਹੈ ਨਾ? ਆ ਪੂਰੀ ਬਣ ਜਾਣੀ ਜੇ ਵੱਡੀ ਕਰਨੀ ਥੋੜੀ ਜਿਹਾ, ਇੱਕ ਵਾਸ਼ ਲਵਰ ਤੇ ਦੇਖ, ਅਸਲ ਗਾੜੀ ਪਾ ਦੇਣੀ ਹਣ, ਇਹ ਅਜੇ ਥੋੜੀ ਛੋਟੀ ਛੋਟੀ ਆ ਨਾ, ਥੋੜਾ ਉਹ ਬਲੇਡ ਪਾ ਕੇ, ਯਾਰ ਪੰਜ ਦਾ ਲੈ ਦਵਾਂ ਤੁਹਾਨੂੰ, ਬਲੇਡ ਪੰਜ ਦਾ, ਆ ਪੰਜ ਦਾ ਲੈ, ਪੰਜ ਦਾ ਵੇਨੇ ਆ ਨਾ ਪਾ ਕੇ ਤੇ ਚੱਲੇਗਾ, ਇਹ ਪੰਜ ਦਾ ਹੀ ਆ ਭਾਜੀ ਮੈਨੂੰ ਲੱਗਦਾ ਯਾਰ, ਨਹੀਂ ਚਾਰ ਦਾ, ਚਾਰ ਦਾ, ਚਾਰ ਦਾ ਮਿਟ ਗਿਆ ਨਾ ਉੱਤੋਂ, ਆ ਚਾਰ ਦਾ, ਹਾਂ ਕਿਉਂਕਿ ਸਾਈਜ਼ ਪੰਜ ਦਾ ਬਣਿਆ, ਰੋਟੀ ਪਾਣੀ ਦੀ ਤਿਆਰੀ, ਰੋਟੀ ਪਾਣੀ ਖਾ ਕੇ ਨਾਲ ਮਿਸਤਰੀ ਮਾਤਾ ਚਾਹ ਲੈ ਗਈ ਦੁਬਾਰਾ, ਫਿਰ ਲਓ ਜੀ ਚਾਹ ਬਣ ਕੇ ਆ ਗਈ ਆਪਣੀ, ਕਿਰਨ ਨੇ ਚਾਹ ਬਣਾ ਤੀ, ਹੁਣ ਆਪਾਂ ਚੱਲੇ ਹਾਂ ਚਾਹ ਲੈ ਕੇ, ਮੈਂ ਕਿਹਾ ਪਹਿਲਾਂ ਚਾਹ ਪੀ ਜੀਏ ਘੁੱਟ ਘੁੱਟ, ਅਤੇ ਆ ਗੰਢ ਵੀ ਛੱਡ ਕੇ ਆਉਣੀ ਦਾਣਿਆਂ ਵਾਲੀ, ਨਹੀਂ ਜਾਂਦੇ ਆਪਾਂ ਬਾਈਕ 'ਤੇ ਲੈ ਜਾਂਦੀ ਮੋਟਰਸਾਈਕਲ 'ਤੇ। ਚੱਲ ਚੱਲੀਏ, ਆਪਾਂ ਘਰ ਘੁੰਮ ਫਿਰ ਆਏ ਹਾਂ ਬਹੁਤ, ਅੱਜ ਸਾਰੀ ਦਿਨ ਮਿਸਤਰੀਆਂ ਨਾਲ ਹੀ ਲੰਘ ਗਈ ਆ। ਚਲੋ ਕੋਈ ਨਹੀਂ, ਸਵੇਰੇ ਉਹਨਾਂ ਦੀ ਛੁੱਟੀ ਆ ਅਤੇ ਆਪਾਂ ਜਾਵਾਂਗੇ ਥੋੜ੍ਹਾ ਬਹੁਤ ਕੰਮ ਕਰਨ ਵਾਲਾ ਆਪਣਾ, ਬਾਕੀ ਕਿਉਂਕਿ ਸਵੇਰੇ ਹੈਗਾ ਸੰਡੇ, ਕਿਉਂਕਿ ਕੰਮ ਤੋਂ ਛੁੱਟੀਆਂ ਮੇਰੀਆਂ ਕਾਫੀ ਹੋਣ ਡੀਆਂ, ਇੱਕ ਦਿਨ ਛੱਡ ਕੇ ਇੱਕ ਦਿਨ ਛੁੱਟੀ ਹੋ ਜਾਂਦੀ, ਇੱਕ ਦਿਨ ਛੱਡ ਕੇ ਇੱਕ ਦਿਨ ਜਾਣਾ ਪੈਂਦਾ ਕੰਮ 'ਤੇ, ਚਲੋ ਉਹ ਵੀ ਕੰਮ ਜ਼ਰੂਰੀ ਆ ਕਰਦਾ ਵੀ। ਅੱਜ ਮੌਸਮ ਬੜਾ ਖਰਾਬ, ਬਾਰਿਸ਼ ਕਾਫੀ ਹੋਣ ਡਈ ਹੈ ਸਵੇਰ ਦੀ, ਕਦੀ ਹਟ ਜਾਂਦੀ ਕਦੀ ਬੰਦ ਹੋ ਜਾਂਦੀ, ਇੱਦਾਂ ਮਿਸਤਰੀ ਵੀ ਅੱਜ ਪਰੇਸ਼ਾਨੀ ਹੋਣ ਡੇ, ਪਹਿਲਾਂ ਕੋਠੇ 'ਤੇ ਪਹਿਲਾਂ ਗੰਜੀ ਕਰਨ ਡੇ, ਉਹਦੇ ਚੱਕਰ 'ਚ ਕਦੀ ਮਸਾਲਾ ਥੱਲੇ ਬਣਾਉਣਾ ਕਦੀ ਉੱਪਰ ਬਣਾਉਣਾ, ਇੱਦਾਂ ਹੀ ਕਰਦੇ ਕਰਾਉਂਦੇ। ਚਲੋ ਹਾਂਜੀ, ਇਹ ਸ਼ਾਇਦ ਵਲੋਗ ਜੇ ਵਲੋਗ ਵਧੀਆ ਲੱਗਾ ਤਾਂ ਕਮੈਂਟ 'ਚ ਜ਼ਰੂਰ ਕਰਿਆ, ਮਿਲਦੇ ਨੈਕਸਟ ਵਲੋਗ, ਬਾਏ, ਗੁੱਡ ਨਾਈਟ, ਰੱਬ ਰੱਖਾ।